ਉਮੀਦ ਕਰਦਾ ਕਿ ਮੇਰੇ ਵੀਰ, ਮੇਰੀਆਂ ਭੈਣਾਂ, ਮੇਰੇ ਬਜ਼ੁਰਗ ਸਾਰੇ ਠੀਕ ਠਾਕ ਹੋਣਗੇ, ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਕੁਝ ਐਸੀਆਂ ਗੱਲਾਂ ਜਾਣਾਂਗੇ ਜਿਨ੍ਹਾਂ ਦਾ ਅੱਜ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ, ਤੇ ਉਮੀਦ ਕਰਦਾ ਕਿ ਤੁਹਾਨੂੰ ਵੀ ਪਤਾ ਨਹੀਂ ਹੋਏਗਾ। ਖੈਰ, ਪਹਿਲਾਂ ਤੇ ਆਪਾਂ ਉਹ ਗੱਲਾਂ ਜਾਣ ਲੈਂਦੇ ਹਾਂ, ਫਿਰ ਕਰਦੇ ਹਾਂ ਗੱਲਬਾਤ। ਗੋ, ਤੁਸੀਂ ਜਾਣਦੇ ਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਮ ਬਾਜ ਹੀ ਕਿਉਂ ਰੱਖਦੇ ਹੁੰਦੇ ਸਨ? ਕੋਈ ਹੋਰ ਪੰਛੀ ਕਿਉਂ ਨਹੀਂ? ਇਸ ਤੋਂ ਇਲਾਵਾ ਗੁਰੂ ਸਾਹਿਬ ਦੇ ਤੀਰ ਅਤੇ ਕਮਾਨ ਬਾਰੇ ਕੁਝ ਖਾਸ ਗੱਲਾਂ ਜੋ ਤੁਹਾਨੂੰ ਨਹੀਂ ਪਤਾ ਹੋਣਗੀਆਂ, ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਨੰਗੇ ਪੈਰੀ ਕਿਉਂ ਗਏ ਸੀ? ਵੀਡੀਓ ਨੂੰ ਆਖਰ ਤੱਕ ਦੇਖਿਓ। ਇਸ ਵੀਡੀਓ ਵਿੱਚ ਗੁਰੂ ਸਾਹਿਬ ਨਾਲ ਸੰਬੰਧਿਤ 10 ਅਜਿਹੀਆਂ ਅਣਸੁਣੀਆਂ ਜਾਣਕਾਰੀਆਂ ਦੱਸਾਂਗੇ ਜੋ ਤੁਹਾਨੂੰ ਪਤਾ ਨਹੀਂ ਹੋਣਗੀਆਂ। ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਇੱਕ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਗਰੇ ਵਿੱਚ ਬਹਾਦਰ ਸ਼ਾਹ ਕੋਲ ਰੁਕੇ। ਬਹਾਦਰ ਸ਼ਾਹ ਗੁਰੂ ਸਾਹਿਬ ਨੂੰ ਕਹਿਣ ਲੱਗਾ ਕਿ ਜੋ ਵੀ ਇਸਲਾਮ ਦੀਆਂ ਕਲਮਾਂ ਪੜੇਗਾ ਉਹ ਦਰਗਾਹੇ ਪ੍ਰਵਾਨ ਹੋ ਜਾਵੇਗਾ। ਪਰ ਗੁਰੂ ਸਾਹਿਬ ਉਸਨੂੰ ਸਮਝਾਉਣ ਲਈ ਕਹਿਣ ਲੱਗੇ ਕਿ ਸਿਰਫ ਕਲਮਾ ਪੜਨ ਨਾਲ ਹੀ ਇਨਸਾਨ ਦਰਗਾਹੇ ਪ੍ਰਵਾਨ ਨਹੀਂ ਹੁੰਦਾ। ਪਰ ਬਹਾਦਰ ਸ਼ਾਹ ਤਾਂ ਮੰਨਣ ਤੇ ਨਹੀਂ ਸੀ ਆ ਰਿਹਾ। ਗੁਰੂ ਸਾਹਿਬ ਨੇ ਉਸਨੂੰ ਸਮਝਾਉਣ ਵਾਸਤੇ ਆਪਣੀ ਜੇਬ ਵਿੱਚੋਂ ਇੱਕ ਸਿੱਕਾ ਕੱਢਿਆ ਜਿਸ ਉੱਤੇ ਕਲਮਾ ਲਿਖੀਆਂ ਹੋਈਆਂ ਸਨ। ਗੁਰੂ ਸਾਹਿਬ ਨੇ ਇਹ ਸਿੱਕਾ ਉਸਦੇ ਖਜ਼ਾਨਚੀ ਨੂੰ ਦੇ ਕੇ ਉਸਨੂੰ ਬਾਜ਼ਾਰ ਵਿੱਚ ਭੇਜ ਦਿੱਤਾ ਤੇ ਉਸਨੂੰ ਚਲਾਉਣ ਲਈ ਕਿਹਾ। ਖਜ਼ਾਨਚੀ ਸਾਰਾ ਦਿਨ ਬਾਜ਼ਾਰ ਵਿੱਚ ਘੁੰਮਦਾ ਰਿਹਾ ਪਰ ਉਹ ਸਿੱਕਾ ਨਾ ਚੱਲਿਆ। ਤਾਂ ਉਸਨੇ ਵਾਪਸ ਆ ਕੇ ਗੁਰੂ ਸਾਹਿਬ ਨੂੰ ਕਿਹਾ ਕਿ ਇਹ ਸਿੱਕਾ ਖੋਟਾ ਹੋਣ ਕਾਰਨ ਨਹੀਂ ਚੱਲਿਆ। ਫਿਰ ਗੁਰੂ ਸਾਹਿਬ ਨੇ ਬਹਾਦਰ ਸ਼ਾਹ ਨੂੰ ਸਮਝਾਇਆ ਕਿ ਬੇਸ਼ੱਕ ਇਸ ਸਿੱਕੇ ਉੱਤੇ ਕਲਮਾਂ ਲਿਖੀਆਂ ਹੋਈਆਂ ਸਨ ਪਰ ਖੋਟਾ ਹੋਣ ਕਰਕੇ ਇਹ ਬਾਜ਼ਾਰ ਵਿੱਚ ਨਹੀਂ ਚੱਲਿਆ। ਇਸੇ ਤਰ੍ਹਾਂ ਜੇਕਰ ਮਨ ਅੰਦਰ ਖੋਟ ਹੋਵੇਗੀ ਤਾਂ ਬੰਦਾ ਵੀ ਦਰਗਾਹੇ ਪ੍ਰਵਾਨ ਨਹੀਂ ਹੋਵੇਗਾ। ਦਰਗਾਹੇ ਉਹੀ ਪ੍ਰਵਾਨ ਹੋਵੇਗਾ ਜਿਸਦੇ ਮਨ ਅੰਦਰ ਸੱਚਾਈ ਹੋਵੇਗੀ। ਗੁਰੂ ਗੋਬਿੰਦ ਸਿੰਘ ਜੀ ਦਾ ਸਿਰ ਵੱਢਣ ਦੀ ਚੁਣੌਤੀ ਦੇਣ ਵਾਲੇ ਕੇਸਰੀ ਚੰਦ ਦਾ ਸਿਰ ਕਿਸਨੇ ਵੱਢਿਆ ਸੀ? ਜਦੋਂ ਭਾਈ ਉਦੇ ਸਿੰਘ ਜੀ ਨੂੰ ਪਤਾ ਲੱਗਾ ਕਿ ਕੇਸਰੀ ਚੰਦ ਨੇ ਗੁਰੂ ਸਾਹਿਬ ਜੀ ਦਾ ਸਿਰ ਵੱਢਣ ਦੀ ਸਹੁੰ ਖਾਧੀ ਹੈ ਤਾਂ ਭਾਈ ਉਦੇ ਸਿੰਘ ਦਾ ਖੂਨ ਉਬਾਲੇ ਮਾਰਨ ਲੱਗਾ। ਤਾਂ ਭਾਈ ਉਦੇ ਸਿੰਘ ਜੀ ਗੁਰੂ ਸਾਹਿਬ ਜੀ ਕੋਲ ਗਏ ਤੇ ਉਹਨਾਂ ਨੇ ਕਿਹਾ ਕਿ ਗੁਰੂ ਜੀ ਥਾਪੜਾ ਦਿਓ ਤਾਂ ਜੋ ਮੈਂ ਇਸ ਪਾਪੀ ਦਾ ਸਿਰ ਵੱਢ ਕੇ ਤੁਹਾਡੇ ਚਰਨਾਂ ਵਿੱਚ ਭੇਂਟ ਕਰ ਸਕਾਂ। ਗੁਰੂ ਸਾਹਿਬ ਨੇ ਆਸ਼ੀਰਵਾਦ ਦਿੱਤਾ ਅਤੇ ਨਾਲ ਹੀ ਆਪਣਾ ਇੱਕ ਖਾਸ ਬਰਸ਼ਾ ਵੀ ਦਿੱਤਾ। ਤਾਂ ਭਾਈ ਉਦੇ ਸਿੰਘ ਨੇ ਰਣ ਵਿੱਚ ਜਾ ਕੇ ਕੇਸਰੀ ਚੰਦ ਨੂੰ ਲਲਕਾਰਿਆ ਤੇ ਕਿਹਾ ਕਿ ਤੂੰ ਗੁਰੂ ਸਾਹਿਬ ਦਾ ਸੀਸ ਵੱਢਣ ਦੀ ਗੱਲ ਕਰਦਾ ਹੈ, ਪਹਿਲਾਂ ਉਹਨਾਂ ਦੇ ਸੇਵਕ ਦਾ ਸਿਰ ਵੱਢ ਕੇ ਦਿਖਾ। ਭਾਈ ਉਦੇ ਸਿੰਘ ਦੀ ਲਲਕਾਰ ਸੁਣ ਕੇ ਕੇਸਰੀ ਚੰਦ 2 ਕਦਮ ਪਿੱਛੇ ਹਟ ਗਿਆ। ਪਰ ਭਾਈ ਸਾਹਿਬ ਪਿੱਛੇ ਕਿੱਥੇ ਹਟਣ ਵਾਲੇ ਸਨ, ਉਹ ਤਾਂ ਗੁਰੂ ਸਾਹਿਬ ਨੂੰ ਵਚਨ ਕਰਕੇ ਆਏ ਸੀ। ਭਾਈ ਉਦੇ ਸਿੰਘ ਨੇ ਅਜਿਹਾ ਵਾਰ ਕੀਤਾ ਕਿ ਕੇਸਰੀ ਚੰਦ ਦਾ ਸਿਰ ਆਨੰਦਪੁਰ ਦੀਆਂ ਧੂੜਾਂ ਨੂੰ ਨਮਸਕਾਰ ਕਰ ਰਿਹਾ ਸੀ। ਇਸ ਤੋਂ ਬਾਅਦ ਭਾਈ ਉਦੇ ਸਿੰਘ ਜੰਗ ਵਿੱਚ 4 ਘੰਟੇ ਤੱਕ ਲਗਾਤਾਰ ਲੜਦੇ ਰਹੇ ਅਤੇ ਅਖੀਰ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ। ਤੁਹਾਡੀ ਜਾਣਕਾਰੀ ਲਈ ਦੱਸ ਦਈਏ, ਭਾਈ ਉਦੇ ਸਿੰਘ ਜੀ ਅਤੇ ਭਾਈ ਬਚਿੱਤਰ ਸਿੰਘ ਜੀ ਦੋਨੋਂ ਭਰਾ ਸਨ। ਚਲੋ ਸਾਰੇ ਜਾਣੇ ਕਮੈਂਟ ਵਿੱਚ ਇੱਕ ਸਵਾਲ ਦਾ ਜਵਾਬ ਦਿਓ ਅਤੇ ਦੱਸੋ ਕਿ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਕੀ ਲੱਗਦੇ ਸਨ। ਇਹਦਾ ਜਵਾਬ ਆਪਾਂ ਵੀਡੀਓ ਦੇ ਅਖੀਰ ਵਿੱਚ ਦੇਵਾਂਗੇ, ਉਦੋਂ ਤੱਕ ਤੁਸੀਂ ਸਾਰੇ ਕਮੈਂਟ ਵਿੱਚ ਦੱਸੋ। ਤੁਸੀਂ ਸਭ ਨੇ ਅਕਸਰ ਸੁਣਿਆ ਹੋਵੇਗਾ ਕਿ ਇੱਕ ਸਿੰਘ 1.25 ਲੱਖ ਦੇ ਬਰਾਬਰ ਹੁੰਦਾ ਹੈ, ਪਰ ਅਜਿਹਾ ਕਿਹਾ ਕਿਉਂ ਜਾਂਦਾ ਹੈ? ਚਲੋ ਇਸੇ 'ਤੇ ਚਰਚਾ ਕਰਦੇ ਹਾਂ। ਗੱਲ ਕਰਦੇ ਹਾਂ ਚਮਕੌਰ ਦੀ ਗੜੀ ਦੀ, ਜਦੋਂ ਕਿਲੇ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਕੀ 40 ਸਿੰਘਾਂ ਨੂੰ 10 ਲੱਖ ਦੀ ਤੁਰਕ ਸੈਨਾ ਨੇ ਘੇਰਾ ਪਾ ਲਿਆ ਸੀ, ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ 8-8 ਸਿੰਘਾਂ ਦੇ ਜਥੇ ਬਣਾ ਕੇ ਜੰਗ ਵਿੱਚ ਭੇਜਣੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਕੁੱਲ 5 ਜਥੇ ਇਸ ਕਿਲੇ ਤੋਂ ਬਾਹਰ ਜੰਗ ਵਾਸਤੇ ਜਾਂਦੇ। ਹੁਣ 10 ਲੱਖ ਦੀ ਫੌਜ ਨਾਲ 8 ਸਿੰਘ ਲੜਦੇ ਸਨ। ਹੁਣ ਜੇਕਰ ਹਿਸਾਬ ਲਾਈਏ ਤਾਂ 1 ਸਿੰਘ ਦੇ ਹਿੱਸੇ 1.25 ਲੱਖ ਦੁਸ਼ਮਣ ਆਉਂਦਾ ਸੀ, ਇਸ ਲਈ ਕਿਹਾ ਜਾਂਦਾ ਹੈ ਕਿ 1 ਸਿੰਘ 1.25 ਲੱਖ ਦੇ ਬਰਾਬਰ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਵੀ ਕਿਹਾ ਹੈ, 1.25 ਲੱਖ ਸੇ ਏਕ ਲੜਾਓ ਤਬੇ ਗੋਬਿੰਦ ਸਿੰਘ ਨਾਮ ਕਹਾਓ। ਜੇਕਰ ਲੇਖਾਂ ਦੇ ਲਿਖਿਆਂ ਨੂੰ ਮਿਟਾਇਆ ਨਹੀਂ ਜਾ ਸਕਦਾ
ਜਾਂ ਕਰਮਾਂ ਨੂੰ ਬਦਲਿਆ ਨਹੀਂ ਜਾ ਸਕਦਾ ਤਾਂ ਗੁਰੂ ਅੱਗੇ ਮੱਥਾ ਟੇਕਣ ਦਾ ਕੀ ਫਾਇਦਾ? ਇਹੀ ਸਵਾਲ ਕੀਤਾ ਸੀ ਕਾਜੀ ਸਲਾਰਦੀਨ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਆਨੰਦਪੁਰ ਦੀ ਧਰਤੀ 'ਤੇ। ਕਾਜੀ ਸਲਾਰਦੀਨ ਕਹਿਣ ਲੱਗਾ, ਗੁਰੂ ਸਾਹਿਬ ਮੇਰੇ ਮਨ ਦਾ ਸ਼ੰਕਾ ਦੂਰ ਕਰੋ ਕਿ ਜੋ ਸੰਗਤਾਂ ਤੁਹਾਡੇ ਦਰ 'ਤੇ ਆ ਕੇ ਤੁਹਾਨੂੰ ਮੱਥਾ ਟੇਕਦੀਆਂ ਹਨ ਉਹਨਾਂ ਨੂੰ ਇਸ ਦਾ ਕੀ ਲਾਭ ਹੈ? ਗੁਰੂ ਸਾਹਿਬ ਨੇ ਉਸਦੇ ਸ਼ੰਕੇ ਨੂੰ ਦੂਰ ਕਰਨ ਲਈ ਇੱਕ ਮੋਹਰ ਮੰਗਵਾਈ ਅਤੇ ਕਹਿਣ ਲੱਗੇ, ਦੇਖੋ ਕਾਜੀ ਜੀ, ਇਸ ਮੋਹਰ ਦੇ ਅੱਖਰ ਪੁੱਠੇ ਨੇ ਪਰ ਜਦੋਂ ਇਹ ਝੁੱਕ ਕੇ ਕਾਗਜ਼ ਉੱਪਰ ਲੱਗਦੀ ਹੈ ਤਾਂ ਇਸ ਦੇ ਅੱਖਰ ਸਿੱਧੇ ਹੋ ਜਾਂਦੇ ਨੇ ਅਤੇ ਕਾਗਜ਼ ਉੱਪਰ ਬਿਲਕੁਲ ਸਿੱਧੇ ਸ਼ਬਦ ਹੈ। ਬਸ ਇਸੇ ਤਰ੍ਹਾਂ ਜਦੋਂ ਕੋਈ ਨਿਰਹੰਕਾਰ ਹੋ ਕੇ ਗੁਰੂ ਅੱਗੇ ਝੁਕਦਾ ਹੈ ਤਾਂ ਉਸ ਦੇ ਪੁੱਠੇ ਕਰਮ ਵੀ ਸਿੱਧੇ ਹੋ ਜਾਂਦੇ ਹਨ। ਇਹ ਗੱਲ ਸੱਚ ਹੈ ਕਿ ਪਰਮਾਤਮਾ ਦੇ ਲਿਖੇ ਨੂੰ ਜਾਂ ਬੰਦੇ ਦੇ ਕਰਮਾਂ ਨੂੰ ਬਦਲਿਆ ਨਹੀਂ ਜਾ ਸਕਦਾ ਪਰ ਜਦੋਂ ਅਸੀਂ ਨਿਰਹੰਕਾਰ ਹੋ ਕੇ ਭਾਵ ਆਪਣੇ ਹੰਕਾਰ ਨੂੰ ਤਿਆਗ ਕੇ ਗੁਰੂ ਅੱਗੇ ਸਮਰਪਿਤ ਹੁੰਦੇ ਹਾਂ ਤਾਂ ਆਪਣੇ ਪੁੱਠੇ ਕਰਮ ਵੀ ਸਿੱਧੇ ਹੋ ਜਾਂਦੇ ਹਨ। ਕੀ ਤੁਸੀਂ ਜਾਣਦੇ ਹੋ ਗੁਰੂ ਗੋਬਿੰਦ ਸਿੰਘ ਜੀ ਦੇ ਤੀਰਾਂ ਨਾਲ ਸੋਨਾ ਕਿਉਂ ਲੱਗਾ ਹੁੰਦਾ ਸੀ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਹਰੇਕ ਤੀਰ ਦੇ ਨਾਲ 2 ਤੋਲੇ ਸੋਨਾ ਲਗਾ ਕੇ ਰੱਖਦੇ ਸਨ। ਸੋਨਾ ਇਸ ਲਈ ਲਗਾਇਆ ਜਾਂਦਾ ਸੀ ਕਿ ਜੇਕਰ ਉਹਨਾਂ ਦੇ ਤੀਰ ਨਾਲ ਕਿਸੇ ਦੀ ਮੌਤ ਹੋ ਜਾਵੇ ਤਾਂ ਉਸ ਸੋਨੇ ਦੀ ਮਦਦ ਨਾਲ ਉਸਦਾ ਸੰਸਕਾਰ ਕੀਤਾ ਜਾ ਸਕੇ ਅਤੇ ਜੇਕਰ ਕੋਈ ਉਹਨਾਂ ਦੇ ਤੀਰ ਨਾਲ ਜ਼ਖਮੀ ਹੁੰਦਾ ਸੀ ਤਾਂ ਉਸ ਸੋਨੇ ਦੀ ਮਦਦ ਨਾਲ ਉਹ ਇਲਾਜ ਕਰਾ ਦਿੰਦਾ ਹੈ। ਇਹਨਾਂ ਪਾਵਨ ਤੀਰਾਂ ਦੇ ਦਰਸ਼ਨ ਹਰ ਰੋਜ਼ ਸ਼੍ਰੀ ਰਹਿਰਾਸ ਦੇ ਪਾਠ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕਰਾਏ ਜਾਂਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਬਾਰੇ ਅਸੀਂ ਇੱਕ ਅਲੱਗ ਤੋਂ ਵੀਡੀਓ ਬਣਾਈ ਹੋਈ ਹੈ ਜਿਸ ਵਿੱਚ ਅਕਾਲ ਤਖਤ ਸਾਹਿਬ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਇਤਿਹਾਸ ਦੱਸਿਆ ਹੋਇਆ ਹੈ। ਉਸ ਵੀਡੀਓ ਨੂੰ ਬਾਅਦ ਵਿੱਚ ਜ਼ਰੂਰ ਦੇਖਿਓ। ਗੁਰੂ ਸਾਹਿਬ ਦੇ ਤੀਰਾਂ ਬਾਰੇ ਤਾਂ ਆਪਾਂ ਗੱਲ ਕਰ ਲਈ, ਹੁਣ ਗੱਲ ਕਰਦੇ ਹਾਂ ਗੁਰੂ ਸਾਹਿਬ ਦੇ ਕਮਾਨ ਬਾਰੇ। ਗੁਰੂ ਜੀ ਦਾ ਕਮਾਨ 9 ਟੰਕੀ ਕਮਾਨ ਹੁੰਦਾ ਸੀ ਜੋ ਕਿ ਵਜ਼ਨ ਵਿੱਚ 5 ਕਿਲੋ ਦਾ ਕਮਾਨ ਸੀ। ਇਸ ਕਮਾਨ ਨੂੰ ਉਹੀ ਇਨਸਾਨ ਚਲਾ ਸਕਦਾ ਸੀ ਜੋ ਆਪਣੇ ਹੱਥਾਂ ਨਾਲ 225 ਕਿਲੋ ਦਾ ਵਜ਼ਨ ਚੁੱਕ ਸਕਦਾ ਹੋਵੇ ਕਿਉਂਕਿ ਇਸ ਕਮਾਨ ਨੂੰ ਚਲਾਉਣ ਲਈ ਜਿਹੜਾ ਜ਼ੋਰ ਚਾਹੀਦਾ ਸੀ ਉਹ 225 ਕਿਲੋ ਵਜ਼ਨ ਦੇ ਬਰਾਬਰ ਹੁੰਦਾ ਸੀ। ਹੁਣ ਗੱਲ ਕਰਦੇ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਯਮੁਨਾ ਨਦੀ ਨੂੰ ਸ਼ਾਂਤ ਰਹਿਣ ਦਾ ਹੁਕਮ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਹਿਮਾਚਲ ਪ੍ਰਦੇਸ਼ ਦੇ ਇੱਕ ਸ਼ਹਿਰ ਪਾਉਂਟਾ ਸਾਹਿਬ ਵਿਖੇ ਆਏ। ਇਹ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਇੰਨੀ ਸੋਹਣੀ ਲੱਗੀ ਕਿ ਉਹਨਾਂ ਨੇ ਇੱਥੇ 4 ਸਾਲ ਬਿਤਾਏ ਅਤੇ ਇੱਥੇ ਹੀ ਗੁਰਦੁਆਰਾ ਪਾਉਂਟਾ ਸਾਹਿਬ ਦਾ ਨਿਰਮਾਣ ਕੀਤਾ। ਗੁਰੂ ਗੋਬਿੰਦ ਸਿੰਘ ਜੀ ਜਿੱਥੇ ਆਪ ਮਹਾਨ ਕਵੀ ਸਨ ਉੱਥੇ ਹੀ ਆਪ ਜੀ ਕਵਿਤਾਵਾਂ ਸੁਣਨ ਦਾ ਬਹੁਤ ਸ਼ੌਂਕ ਰੱਖਦੇ ਸਨ। ਆਪ ਕਵੀ ਦਰਬਾਰ ਲਗਾਉਂਦੇ ਜਿੱਥੇ ਦੇਸ਼ ਭਰ ਦੇ ਕਵੀ ਆ ਕੇ ਆਪਣੀਆਂ ਕਵਿਤਾਵਾਂ ਆਪ ਨੂੰ ਸੁਣਾਉਂਦੇ ਸਨ ਪਰ ਇੱਥੇ ਰਹਿੰਦੇ ਕਵੀਆਂ ਨੂੰ ਯਮੁਨਾ ਨਦੀ ਦਾ ਸ਼ੋਰ ਬਹੁਤ ਪਰੇਸ਼ਾਨ ਕਰਦਾ ਸੀ। ਇੱਕ ਵਾਰ ਕਵੀਆਂ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਿਕਾਇਤ ਕੀਤੀ ਕਿ ਯਮੁਨਾ ਦੇ ਸ਼ੋਰ ਕਰਕੇ ਸਾਨੂੰ ਕਵਿਤਾਵਾਂ ਲਿਖਣ ਅਤੇ ਬੋਲਣ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਯਮੁਨਾ ਕੋਲ ਜਾ ਕੇ ਹੁਕਮ ਕੀਤਾ ਕਿ ਜਦ ਵੀ ਗੁਰਦੁਆਰਾ ਸਾਹਿਬ ਕੋਲ ਲੰਘੇ ਤਾਂ ਬਿਲਕੁਲ ਸ਼ਾਂਤ ਹੋ ਕੇ ਲੰਘੇ। ਉਸ ਦਿਨ ਤੋਂ ਲੈ ਕੇ ਅੱਜ ਵੀ ਯਮੁਨਾ ਨਦੀ ਜਦੋਂ ਗੁਰਦੁਆਰਾ ਪਾਉਂਟਾ ਸਾਹਿਬ ਦੇ ਕੋਲੋਂ ਲੰਘਦੀ ਹੈ ਤਾਂ ਬਿਲਕੁਲ ਸ਼ਾਂਤ ਹੋ ਕੇ ਲੰਘਦੀ ਹੈ। ਕੀ ਤੁਸੀਂ ਜਾਣਦੇ ਹੋ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਨੰਗੇ ਪਰੀ ਕਿਉਂ ਗਏ? ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸਿੰਘਾਂ ਦੇ ਹੁਕਮ ਨਾਲ ਗੁਰੂ ਗੋਬਿੰਦ ਸਾਹਿਬ ਨੇ ਚਮਕੌਰ ਦੀ ਗੜੀ ਨੂੰ ਛੱਡਣਾ ਮੰਨ ਲਿਆ। ਜਦੋਂ ਗੁਰੂ ਸਾਹਿਬ ਗੜੀ ਛੱਡ ਕੇ ਜਾ ਰਹੇ ਸਨ ਤਾਂ ਗੜੀ 'ਚੋਂ ਬਾਹਰ ਨਿਕਲਦਿਆਂ ਹੀ ਉਹਨਾਂ ਨੇ ਆਪਣੇ ਜੋੜੇ ਉਤਾਰ ਦਿੱਤੇ। ਜਦੋਂ ਸਿੰਘਾਂ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਠੰਡ ਬਹੁਤ ਹੈ ਅਤੇ ਰਸਤਾ ਵੀ ਕੰਢਿਆਂ ਵਾਲਾ ਹੈ, ਕਿਰਪਾ ਕਰਕੇ ਜੋੜਾ ਪਾ ਲਵੋ, ਤਾਂ ਉਸ ਸਮੇਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਅੱਗੇ ਜੰਗ ਦੇ ਮੈਦਾਨ ਵਿੱਚ ਲੜ ਰਹੇ ਮੇਰੇ ਸ਼ਹੀਦ ਸਿੰਘਾਂ ਦੀਆਂ ਪਵਿੱਤਰ ਦੇਹਾਂ ਪਈਆਂ ਹਨ, ਜੰਗ ਕਰਦੇ ਸਮੇਂ ਕਈਆਂ ਦੀਆਂ ਦਸਤਾਰਾਂ ਵੀ ਲੱਥ ਗਈਆਂ ਹੋਣਗੀਆਂ ਅਤੇ ਰਾਤ ਦੇ ਹਨੇਰੇ ਵਿੱਚ ਹੋ ਸਕਦਾ ਹੈ ਮੇਰੀ ਜੁੱਤੀ ਕਿਸੇ ਦੇ ਰੋਮਾਂ ਉੱਤੇ ਰੱਖੀ ਜਾਵੇ। ਇਸ ਤਰ੍ਹਾਂ ਕਰਕੇ ਮੈਂ ਉਹਨਾਂ ਦੀ ਪਵਿੱਤਰ ਸ਼ਹੀਦੀ ਅਤੇ ਉਹਨਾਂ ਦੇ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਚਾਹੁੰਦਾ। ਇਸ ਲਈ ਗੁਰੂ ਸਾਹਿਬ ਨੇ ਆਪਣੇ ਪੈਰਾਂ ਵਿੱਚ ਜੁੱਤੀ ਨਹੀਂ ਸੀ ਪਾਈ ਅਤੇ ਗੜੀ ਤੋਂ ਲੈ ਕੇ ਅੱਗੇ ਦਾ ਸਾਰਾ ਰਸਤਾ ਗੁਰੂ ਸਾਹਿਬ ਨੇ ਨੰਗੇ ਪੈਰ ਹੀ ਤੈਅ ਕੀਤਾ ਸੀ।
ਕੀ ਤੁਸੀਂ ਜਾਣਦੇ ਹੋ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਂ ਹਮੇਸ਼ਾ ਬਾਜ ਹੀ ਕਿਉਂ ਰੱਖਦੇ ਸਨ? ਬਾਜ ਦੀ ਜਗ੍ਹਾ ਕੋਈ ਹੋਰ ਪੰਛੀ ਕਿਉਂ ਨਹੀਂ? ਗੁਰੂ ਸਾਹਿਬ ਨੇ ਬਾਜ ਰੱਖ ਕੇ ਸਿੱਖਾਂ ਨੂੰ ਸੰਕੇਤ ਦੇਣ ਦਾ ਯਤਨ ਕੀਤਾ ਹੈ ਕਿ ਜਿਵੇਂ ਬਾਜ ਕਦੇ ਵੀ ਗੁਲਾਮੀ ਨਹੀਂ ਮੰਨਦਾ, ਜੇਕਰ ਉਸਨੂੰ ਇੱਕ ਪਿੰਜਰੇ ਵਿੱਚ ਰੱਖਿਆ ਜਾਵੇ ਤਾਂ ਫਿਰ ਉਹ ਜਾਂ ਤਾਂ ਪਿੰਜਰਾ ਤੋੜ ਕੇ ਉੱਡ ਜਾਵੇਗਾ ਜਾਂ ਪਿੰਜਰੇ ਨੂੰ ਤੋੜਨ ਦੇ ਸੰਘਰਸ਼ ਵਿੱਚ ਆਪਣੀ ਜਾਨ ਦੇ ਦੇਵੇਗਾ। ਬਾਜ ਆਸਮਾਨ ਦੀਆਂ ਦੂਰ ਉਚਾਈਆਂ ਤੱਕ ਉੱਡਦਾ ਹੈ ਪਰ ਉਸਦੀ ਨਜ਼ਰ ਹਮੇਸ਼ਾ ਧਰਤੀ 'ਤੇ ਰਹਿੰਦੀ ਹੈ, ਜਿਸ ਤੋਂ ਗੁਰੂ ਸਾਹਿਬ ਨੇ ਮਨ ਨੀਵਾਂ ਮਤ ਉੱਚੀ ਦਾ ਸੰਕੇਤ ਦਿੱਤਾ ਹੈ। ਬਾਜ ਕਦੇ ਵੀ ਕਿਸੇ ਦਾ ਕੀਤਾ ਹੋਇਆ ਸ਼ਿਕਾਰ ਨਹੀਂ ਖਾਂਦਾ, ਹਮੇਸ਼ਾ ਆਪਣਾ ਸ਼ਿਕਾਰ ਮਾਰ ਕੇ ਖੁਦ ਖਾਂਦਾ ਹੈ। ਇਸ ਤੋਂ ਸਾਨੂੰ ਗੁਰੂ ਸਾਹਿਬ ਨੇ ਪਰਾਇਆ ਹੱਕ ਨਾ ਖਾ ਕੇ ਕਿਰਤ ਕਰਨ ਦਾ ਸੰਕੇਤ ਦਿੱਤਾ ਹੈ। ਬਾਜ ਹਮੇਸ਼ਾ ਹਵਾ ਦੇ ਉੱਪਰ ਉੱਡਦਾ ਹੈ, ਇੱਥੋਂ ਗੁਰੂ ਸਾਹਿਬ ਨੇ ਸੰਕੇਤ ਕੀਤਾ ਹੈ ਕਿ ਜੇਕਰ ਕੁਝ ਗਲਤ ਹੋ ਰਿਹਾ ਹੈ ਤਾਂ ਭੇਡ ਚਾਲ ਨੂੰ ਛੱਡ ਕੇ ਕੁਝ ਵੱਖਰਾ ਕਰੀਏ। ਬਾਜ ਕਦੇ ਵੀ ਆਪਣਾ ਆਲਣਾ ਨਹੀਂ ਬਣਾਉਂਦਾ, ਆਸਮਾਨ ਉਸਦੀ ਛੱਤ ਹੈ ਅਤੇ ਜ਼ਮੀਨ ਉਸਦਾ ਘਰ। ਇਸ ਤੋਂ ਭਾਵ ਹੈ ਸਿੱਖਾਂ ਨੇ ਕਦੇ ਵੀ ਮੋਹ ਮਾਇਆ ਵਿੱਚ ਨਹੀਂ ਫਸਣਾ, ਹਮੇਸ਼ਾ ਆਜ਼ਾਦ ਰਹਿਣਾ ਹੈ। ਚਲੋ ਹੁਣ ਗੱਲ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਦੇ ਕੀ ਲੱਗਦੇ ਸਨ ਅਤੇ ਇਹਨਾਂ ਦਾ ਆਪਸ ਵਿੱਚ ਕੀ ਰਿਸ਼ਤਾ ਸੀ। ਇਸ ਦਾ ਜਵਾਬ ਕੁਛ ਇਸ ਤਰ੍ਹਾਂ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ, ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਗੁਰੂ ਹਰਗੋਬਿੰਦ ਜੀ ਅਤੇ ਗੁਰੂ ਹਰਗੋਬਿੰਦ ਜੀ ਦੇ ਪਿਤਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸਨ। ਸੋ ਇਸ ਹਿਸਾਬ ਨਾਲ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪੜਦਾਦਾ ਜੀ ਸਨ। ਜੇਕਰ ਤੁਹਾਨੂੰ ਇਹ ਗੱਲ ਪਹਿਲਾਂ ਨਹੀਂ ਪਤਾ ਸੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ। ਜੇ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਆਪਣੇ ਕੀਮਤੀ ਸੁਝਾਅ ਆਪ ਜ਼ਰੂਰ ਦਿਓ। ਧੰਨਵਾਦ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਕੁਝ ਐਸੀਆਂ ਗੱਲਾਂ ਜਾਣੀਆਂ ਜਿਨ੍ਹਾਂ ਗੱਲਾਂ ਦਾ ਅੱਜ ਤੋਂ ਪਹਿਲਾਂ ਮੈਨੂੰ ਬਿਲਕੁਲ ਨਹੀਂ ਸੀ ਪਤਾ। ਖੈਰ, ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਕੁਝ ਗੱਲਾਂ ਮੈਂ ਵੀ ਨੋਟ ਕੀਤੀਆਂ, ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਬਹੁਤ ਜ਼ਿਆਦਾ ਬਹਾਦਰ ਸਨ, ਬਹੁਤ ਜ਼ਿਆਦਾ ਬਹਾਦਰ ਸਨ, ਬਹੁਤ ਵੱਡੇ ਦਿਲ ਦੇ ਮਾਲਕ ਸਨ। ਜਦੋਂ ਹਿੰਦੂ ਪੰਡਿਤ ਜਿਹੜੇ ਸੀ, ਸਨਾਤਨੀ ਪੰਡਿਤ ਜਿਹੜੇ ਸੀ, ਗੁਰੂ ਤੇਗ ਬਹਾਦਰ ਜੀ ਕੋ ਆਏ, ਉਤੋਂ ਗੁਰੂ ਤੇਗ ਬਹਾਦਰ ਜੀ ਨੂੰ ਆਕੇ ਆਖਿਆ ਕਿ ਸਾਡੀ ਜਾਨ ਬਚਾਓ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਇਹਨਾਂ ਦੀ ਜਿਹੜੀ ਆ ਉਹ ਜਾਨ ਬਚਾਓ। ਯਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਉਦੋਂ ਸਿਰਫ ਔਰ ਸਿਰਫ 14 ਈਅਰ ਸੀ, 14 ਸਾਲ ਸੀ, ਤੇ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਬਹਾਦਰੀ ਦਾ ਮੁਜ਼ਾਹਰਾ ਕੀਤਾ, ਆਪਣੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਇਹਨਾਂ ਦੀ ਮਦਦ ਵਾਸਤੇ ਜਾਓ, ਇਹਨਾਂ ਦੀ ਜਾਨ ਬਚਾਓ। ਉਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਦਿਲ ਦਾ ਅੰਦਾਜ਼ਾ ਅਸੀਂ ਇੱਥੋਂ ਲਗਾ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿੱਤੀ। ਦੇਖੋ ਜੀ, ਆਪਣੇ ਬੱਚਿਆਂ ਨੂੰ ਸ਼ਹੀਦ ਕਰਵਾ ਦੇਣਾ ਇੱਕ ਛੋਟੀ ਜਿਹੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਮੇਰਾ ਖਿਆਲ ਹੈ ਕਿ ਦੁਨੀਆ ਦੀ ਜਿਹੜੀ ਸਭ ਤੋਂ ਜ਼ਿਆਦਾ ਪਿਆਰ ਇਨਸਾਨ ਕਰਦਾ ਹੈ ਆਪਣੀ ਔਲਾਦ ਦੇ ਨਾਲ ਕਰਦਾ ਹੈ, ਤੇ ਆਪਣੀ ਔਲਾਦ ਵਾਸਤੇ ਕੁਝ ਵੀ ਕਰ ਸਕਦਾ ਹੈ। ਇੱਥੋਂ ਤੀਕਰ ਕਿ ਲੋਕ ਆਪਣੀ ਔਲਾਦ ਵਾਸਤੇ ਆਪਣੀ ਕਿਡਨੀ, ਗੁਰਦੇ ਜਿਹੜੇ ਆ ਉਹ ਵੇਚ ਦਿੰਦੇ ਨੇ, ਉਹਨਾਂ ਦੀਆਂ ਖੁਸ਼ੀਆਂ ਪੂਰੀਆਂ ਕਰਨ ਵਾਸਤੇ ਆਪਣੇ ਗੁਰਦੇ ਤੱਕ ਵੇਚ ਦਿੰਦੇ ਨੇ, ਆਪਣੇ ਜਿਸਮ ਦੇ ਅਜ਼ਾਦ ਤੱਕ ਵੇਚ ਦਿੰਦੇ ਨੇ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਪਿਆਰ ਜਿਹੜਾ ਆਪਣੀ ਕੌਮ ਨੂੰ ਕੀਤਾ, ਆਪਣੀ ਕੌਮ ਨੂੰ ਕੀਤਾ, ਉਹ ਜਿਹੜੇ ਆਪਣੇ ਬੱਚੇ ਸੀ ਆਪਣੀ ਕੌਮ ਵਾਸਤੇ, ਸਿੱਖਇਜ਼ਮ ਵਾਸਤੇ, ਹਿੰਦੂਆਂ ਵਾਸਤੇ,
ਆਪਣੇ ਬੱਚੇ ਤੱਕ ਕੁਰਬਾਨ ਕਰ ਦਿੱਤੇ। ਤੇ ਇਹ ਛੋਟੀ ਜਿਹੀ ਕੁਰਬਾਨੀ ਨਹੀਂ ਹੈ, ਇਹ ਬਹੁਤ ਵੱਡੀ ਕੁਰਬਾਨੀ ਹੈ ਅਗਰ ਸਮਝਿਆ ਜਾਏ। ਲੋਕ ਸਮਝਦੇ ਨਹੀਂ ਹੈ। ਜਿਸ ਤਰ੍ਹਾਂ ਕਿ ਸਾਧਵੀ ਦੇਵਾ ਠਾਕੁਰ ਨੇ ਪਿਛਲੇ ਦਿਨੋਂ ਆਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਸ਼ਟਰ ਪਿਤਾ ਜਿਹੜਾ ਘੋਸ਼ਿਤ ਕਰਨਾ ਚਾਹੀਦਾ ਹੈ, ਤੇ ਉਹਨਾਂ ਦੀ ਬਹੁਤ ਜ਼ਿਆਦਾ ਮੁਖਾਲਫਤ ਕੀਤੀ ਗਈ। ਤੇ ਅਗਰ ਅਸੀਂ ਹਿਸਟਰੀ ਉਠਾ ਕੇ ਦੇਖੀਏ ਤੇ ਹਿੰਦੂ ਧਰਮ ਅੱਜ ਬਚਿਆ ਹੋਇਆ ਹੈ ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਦੀ ਵਜ੍ਹਾ ਨਾਲ। ਜੇ ਅਗਰ ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤੇ ਅੱਜ ਹਿੰਦੂ ਧਰਮ ਵੀ ਨਾ ਹੁੰਦਾ, ਤੇ ਇਹਨਾਂ ਦੀ ਬਦੌਲਤ ਹੀ ਹਿੰਦੂ ਧਰਮ ਬਚਿਆ। ਤੇ ਮੈਂ ਇਹੀ ਕਹਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਸ਼ਟਰ ਪਿਤਾ ਜਿਹੜਾ ਉਹ ਘੋਸ਼ਿਤ ਕਰਨਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੀਆਂ ਜ਼ਿਆਦਾ ਕੁਰਬਾਨੀ ਦਿੱਤੀਆਂ, ਆਪਣੇ ਪਿਤਾ ਜੀ ਦੀ ਕੁਰਬਾਨੀ ਦੇ ਦਿੱਤੀ, ਆਪਣੇ ਬੱਚੇ ਸ਼ਹੀਦ ਕਰਵਾ ਦਿੱਤੇ, ਤੇ ਇਸ ਤੋਂ ਵੱਡੀ ਕੁਰਬਾਨੀ ਹੋਰ ਕੀ ਹੋ ਸਕਦੀ ਹੈ। ਬਾਕੀ ਵੀਡੀਓ ਦੇਖ ਕੇ ਜੋ ਮੈਨੂੰ ਲੱਗਦਾ ਸੀ ਮੈਂ ਆਪਣੇ ਵੀਰਾਂ ਨੂੰ ਦੱਸ ਦਿੱਤਾ, ਜੋ ਮੇਰੇ ਵੀਰਾਂ ਨੂੰ ਲੱਗਦਾ ਉਹ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਦੱਸਣ। ਤੇ ਇਹ ਸੀ ਮੇਰੀ ਅੱਜ ਦੀ ਵੀਡੀਓ, ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਰੱਬ ਰੱਖਾ।